ਆਪਣੇ YouTube ਚੈਨਲ ਉੱਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਅੱਜ ਆਪਾਂ ਵੀਰੇ ਆਪ ਅੱਗ ਦੀ ਵੀਡੀਓ ਲੈ ਕੇ ਆਏ ਹਾਂ, ਉਮੀਦ ਹੈ ਵੀਰੇ ਤੁਹਾਨੂੰ ਵਧੀਆ ਲੱਗੂਗੀ। ਅਤੇ ਆਪਣੀ ਵੀਡੀਓ ਨੂੰ ਉਹ ਪੂਰੀ ਦੇਖਿਆ ਕਰੋ, ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਦੱਸ ਦਿਓ ਕਿ ਕਿੱਦਾਂ ਲੱਗੀ। ਸਵਾਗਤ ਹੈ ਜੀ, ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਨੂੰ ਦੱਬ ਦਿਓ ਤਾਂ ਕਿ ਸਾਡੇ ਨਵੇਂ ਅਪਡੇਟ ਨੇ ਉਹ ਤੁਹਾਡੇ ਤਾਈਂ ਜਲਦੀ ਹੀ ਪਹੁੰਚ ਸਕਣ। ਸਭ ਤੋਂ ਪਹਿਲਾਂ ਵੀਰੇ ਆਪਾਂ ਬੇਸ ਸਜਾ ਲੈਣਾ ਹੈ ਦਸਤਾਰ ਦਾ, ਜਿਸ ਤਰ੍ਹਾਂ ਵੀ ਇਹਨੂੰ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ। ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ, ਅਤੇ ਇੰਸਟਾਗ੍ਰਾਮ 'ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਬੱਬੂ ਵੀਰ ਦੀ ਚੈਨਲ, ਜਿਸ ਤਰ੍ਹਾਂ ਆਪ ਜੀ ਨੂੰ ਉੱਪਰ ਲੋਗੋ ਦਿਖਾਇਆ ਜਾ ਰਿਹਾ ਹੈ, ਅਤੇ ਉਸ ਤਰ੍ਹਾਂ ਨਾਮ ਭਰ ਕੇ ਤੁਸੀਂ ਇੰਸਟਾਗ੍ਰਾਮ ਵਿੱਚ ਫੋਲੋ ਕਰ ਸਕਦੇ ਹੋ। ਅਤੇ ਜੇਕਰ ਵੀਰੇ ਹੋਰ ਕੋਈ ਵੀਡੀਓ ਦੀ ਫਰਮਾਇਸ਼ ਹੋਵੇ ਤਾਂ ਕਮੈਂਟਾਂ 'ਚ ਲਿਖ ਕੇ ਜ਼ਰੂਰ ਦੱਸ ਦਿਓ ਅਤੇ ਜ਼ਰੂਰ ਵੀਡੀਓ ਬਣਾਵਾਂਗੇ। ਅਤੇ ਇਸ ਤਰ੍ਹਾਂ ਇਹ ਕੱਪੜਾ ਹੈ ਜੋ ਬੇਸ ਬੰਨਣਾ ਹੈ ਇਸ ਤਰ੍ਹਾਂ ਕੱਪੜੇ ਨਾਲ, ਇਹ ਕੱਪੜਾ ਹੈ ਜੋ ਉਹ 1.5 ਮੀਟਰ ਲੰਬਾ ਹੈ ਅਤੇ ਇਸ ਦੀ ਚੌੜਾਈ ਹੈ ਜੋ 2 ਗਿੱਠਾਂ ਹੈ। ਅਤੇ ਕੱਪੜੇ ਨੂੰ ਪਿੱਛੇ ਦੁਗਣਾ ਦੇ ਕੇ ਅਤੇ ਇਸ ਨੂੰ ਪਰਨੇ ਵਾਂਗ ਬੰਨ ਲੈਣਾ ਹੈ। ਇਸ ਤਰੀਕੇ ਨਾਲ ਕੱਪੜੇ ਨੂੰ ਖੋਲ੍ਹ ਕੇ ਵਾਲ ਦਿਸਣੋਂ ਹਟਾ ਦੇਣੇ ਹਨ ਅਤੇ ਕੱਪੜੇ ਨੂੰ ਅੱਗੋਂ ਚੌੜਾ ਕਰਕੇ ਪਰਨੇ ਦੇ ਵਾਂਗ ਲਪੇਟ ਲੈਣਾ ਹੈ ਜੀ। ਇਸ ਤਰ੍ਹਾਂ ਆਪ ਇਸ ਵਿੱਚ ਬੇਸ ਵੀ ਬੰਨ ਸਕਦੇ ਹੋ ਅਤੇ ਜੋ ਕੱਪੜਾ ਹੈ ਉਹ ਇਸ ਤਰੀਕੇ ਨਾਲ ਆਸਾਨੀ ਨਾਲ ਪਾ ਸਕਦੇ ਹੋ। ਅਤੇ ਇਸ ਤਰ੍ਹਾਂ ਇਹ ਛੋਟਾ ਜਿਹਾ ਕੱਪੜਾ ਹੈ, ਇਹਦੇ ਸਿਉਂ ਨਾਲ ਲਗਾ ਕੇ ਇਸ ਦੀ ਤੈਅ ਬਣਾਈ ਹੋਈ ਹੈ। ਇਹ ਬੇਸ ਬੰਨਣ ਨਾਲ ਆਪਣਾ ਜੋ ਪਹਿਲਾ ਲੜਾ ਉਹ ਵੀ ਨਹੀਂ ਰਿਸਕੇਗਾ ਅਤੇ ਆਪਣੀ ਸ਼ੇਪ ਹੈ ਜੋ ਪੱਗ ਦੀ ਉਹ ਵੀ ਵਧੀਆ ਆਵੇਗੀ ਜੀ, ਫੁਲਾਵਟ ਲਿਆਵੇਗੀ। ਤੁਸੀਂ ਹੋਰ ਕੱਪੜਾ ਪਾਉਣਾ ਚਾਹੁੰਦੇ ਹੋ ਤਾਂ ਹੋਰ ਕੱਪੜਾ ਵੀ ਪਾ ਸਕਦੇ ਹੋ ਜੀ। ਇਸ ਚੈਨਲ 'ਤੇ ਪੱਗਾਂ ਦੀਆਂ ਵੀਡੀਓ ਅਤੇ ਹੋਰ ਵੀ ਕਈ ਕੈਟਾਗਰੀ ਦੀ ਵੀਡੀਓ ਪਾਈਆਂ ਜਾਂਦੀਆਂ ਜੀ, ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਜੇ ਵੀਡੀਓ ਦੇਖਣੀਆਂ ਹੋਣ ਤਾਂ ਚੈਨਲ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ। ਅਤੇ ਹੋਰ ਨਵੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜੇ ਕੋਈ ਤੁਹਾਡੀ ਫਰਮਾਇਸ਼ ਹੋਵੇ ਤਾਂ ਕਮੈਂਟ ਵਿੱਚ ਲਿਖ ਕੇ ਵੀ ਦੱਸ ਸਕਦੇ ਹੋ ਵੀ ਇਸ ਤਰ੍ਹਾਂ ਦੀ ਵੀਡੀਓ ਬਣਾਓ ਜੀ, ਜ਼ਰੂਰ ਬਣਾਵਾਂਗੇ। ਅਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਧੁਰਤ ਕੈਂਡ ਤੱਕ। ਅਤੇ ਇਸ ਤਰੀਕੇ ਨਾਲ ਆਪਣੇ 50 ਬੰਨ ਲੈਣੀ ਹੈ ਅਤੇ ਪੱਗ ਦੀ ਸ਼ੁਰੂਆਤ ਹੈ ਜੋ ਉਹ ਕਰਨੀ ਹੈ ਜੀ। ਪੱਗ ਦੀ ਪੂਣੀ ਕਰਨ ਤੋਂ ਬਾਅਦ ਆਪ ਜੀ ਨੇ ਇਸ ਤਰ੍ਹਾਂ ਪੇਚ ਬਣਾ ਲੈਣੇ ਹਨ ਅਤੇ ਪੂਣੀ ਦੇ ਵਿੱਚ ਥੋੜ੍ਹੇ ਥੋੜ੍ਹੇ ਵੱਟ ਪਹਿਲਾਂ ਤੋਂ ਹੀ ਪਾ ਲੈਣੇ ਹਨ। ਅਤੇ ਉਸ ਤੋਂ ਬਾਅਦ ਜਦੋਂ ਪਹਿਲਾ ਲੜ ਲਾਵਾਂਗੇ ਅਤੇ ਉਸ ਦੇ ਉੱਤੇ ਵੱਟ ਪਾ ਲੈਣੇ ਹਨ। ਇਸ ਤਰੀਕੇ ਨਾਲ ਆਪ ਜੀ ਨੂੰ ਵੀਡੀਓ ਵਿੱਚ ਦਿਖਾ ਰਿਹਾ, ਸੌਖੇ ਤੋਂ ਸੌਖੇ ਤਰੀਕੇ ਢੰਗ ਨਾਲ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਜੀ। ਆਪ ਜੀ ਫੋਲੋ ਕਰੋ ਅਤੇ ਦਸਤਾਰ ਵਿੱਚ ਇੰਪਰੂਵਮੈਂਟ ਹੈ ਜੋ ਉਹ ਕਰ ਸਕਦੇ ਹੋ। ਇਹ ਪੱਗ ਦਾ ਕੱਪੜਾ ਹੈ ਜੋ ਉਹ ਫੁੱਲ ਵੈਲ ਹੈ ਜੀ, ਅਤੇ ਇਸ ਪੱਗ ਦੀ ਲੈਂਥ ਹੈ ਜੋ ਉਹ 6.5 ਮੀਟਰ ਹੈ ਜੀ। ਇਸ ਤਰੀਕੇ ਨਾਲ ਆਪ ਜੀ ਨੇ ਪਹਿਲਾ ਲੜਾ ਜੋ ਉਹ ਸੈਂਟਰ ਤੋਂ ਥੋੜ੍ਹਾ ਜਿਹਾ ਸੱਜੇ ਪਾਸੇ ਵੱਲ ਨੂੰ ਜ਼ਿਆਦਾ ਲਾਉਣਾ ਹੈ। ਇਸ ਤਰੀਕੇ ਨਾਲ ਆਪ ਜੀ ਦਾ ਲੜ ਨਹੀਂ ਦਿਲਸੇਗਾ ਅਤੇ ਜੋ ਦੂਜਾ ਲੜਾ ਹੈ ਉਸਨੂੰ ਪਟਿਆਲਾ ਸ਼ਾਹੀ ਪੱਗ ਵਾਂਗ ਇਸ ਇੱਕ ਸਾਈਡ ਤੋਂ ਉਸੇ ਤਰ੍ਹਾਂ ਹੀ ਰੱਖਣਾ ਹੈ ਅਤੇ ਇੱਕ ਪਾਸੋਂ ਪੇਟ ਨੀਚੇ ਨੂੰ ਆਏ ਜਾਣਗੇ ਅਤੇ ਇੱਕ ਪਾਸੋਂ ਉੱਪਰ ਨੂੰ ਵੱਲ ਨੂੰ ਲੈ ਕੇ ਜਾਣਾ ਹੈ ਜੀ। ਇਸ ਤਰੀਕੇ ਨਾਲ ਪੇਚਾਂ ਨੂੰ ਉੱਪਰੋਂ ਸਾਫ਼ ਕਰਦੇ ਹੋਏ ਅੱਗੇ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਵੱਟ ਪਾ ਲੈਣੇ ਹਨ ਜੀ। ਤਰੀਕਾ ਸਾਰਾ ਸੇਮ ਹੈ ਜੀ, ਸਾਰੀ ਵੀਡੀਓ ਵਿੱਚ ਇਸ ਤਰੀਕੇ ਨਾਲ ਹੀ ਪੱਗ ਬੰਨ੍ਹੀ ਜਾਵੇਗੀ। ਅਤੇ ਵੀਡੀਓ ਨੂੰ ਪੂਰੀ ਦੇਖੋ ਜੀ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗੀ।
ਓਕੇ ਬਾਏ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਗਲੀ ਵੀਡੀਓ ਜ਼ਰੂਰ ਦੇਖੋ ਜੀ।